ਤੁਹਾਡੇ ਸਾਹਮਣੇ ਹੀ ਹੈ ਔਰ ਬੜਾ ਵਧੀਆ ਜਿਹੜਾ ਇਕੱਠ ਹੈ ਔਰ ਲੰਬੇ ਸਮੇਂ ਦੀ ਗਰਮੀ ਦੇ ਵਿੱਚ ਲੋਕਾਂ ਦਾ ਆਉਣਾ ਬੀਬੀਆਂ ਭੈਣਾਂ ਦਾ ਨੌਜਵਾਨਾਂ ਦਾ ਸਾਰੇ ਵੀਰਾਂ ਦਾ ਇੱਥੇ ਆਉਣਾ ਉਹਦੇ ਤੋਂ ਸਪਸ਼ਟ ਹੈ ਕਿ ਲੋਕਾਂ ਦਾ ਹੁੰਗਾਰਾ ਕਿਸ ਤਰਫ ਹੈ ਔਰ ਲੋਕ ਕੀ ਚਾਹੁੰਦੇ ਨੇ। ਇਸ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਇਹ ਇਲਾਕਾ ਗੜ੍ਹ ਰਿਹਾ ਹੈ। ਹਾਂਜੀ, ਇੱਥੋਂ ਸਰਦਾਰ ਆਤਮਾ ਸਿੰਘ ਜੀ, ਬੀਬੀ ਅਪਿੰਦਰਜੀਤ ਕੌਰ ਜੀ, ਵੇਟ ਲੰਬਾ ਸਮਾਂ ਇੱਥੋਂ ਉਹਨਾਂ ਨੂੰ ਮਾਣ ਮਿਲਦਾ ਰਿਹਾ। ਇਸ ਕਰਕੇ ਇੱਥੇ ਕਹਿਣ ਤੋਂ ਹੋਣ ਦੀਆਂ ਗੱਲਾਂ ਨਹੀਂ ਕਿ ਬਾਕੀ ਜਿਹੜਾ ਹੈ ਕਿ ਅੱਜ ਹਰ ਕੋਈ ਮਹਿਸੂਸ ਕਰਦਾ ਹੈ ਕਿ ਇਹ ਚੋਣ ਜਿਹੜੀ ਪਾਰਲੀਮੈਂਟ ਦੇ ਵਿੱਚ ਸਾਡੀ ਸਹੀ ਆਵਾਜ਼ ਉਠਾਉਣ ਵਾਲਾ, ਸਾਡੇ ਮੁੱਦਿਆਂ ਨੂੰ ਸਹੀ ਰੂਪ ਵਿੱਚ ਬੁਲੰਦ ਆਵਾਜ਼ ਵਿੱਚ ਚੁੱਕਣ ਵਾਲਾ, ਉੱਥੇ ਕੋਈ ਜਾਣਾ ਚਾਹੀਦਾ ਔਰ ਤਜਰਬੇ ਕਰ ਜਾਣਾ ਚਾਹੀਦਾ ਆ। ਹਾਂਜੀ, ਉਹ ਮੇਰਾ ਖਿਆਲ ਹੈ ਕਿ ਕਿਸੇ ਨੂੰ ਭੁਲੇਖਾ ਨਹੀਂ ਗਿਆ ਮੇਰੀ ਕਾਰਗੁਜ਼ਾਰੀ ਬਾਰੇ, ਮੇਰੇ ਸੁਭਾਅ ਬਾਰੇ। ਹਾਂਜੀ, ਮੈਂ ਕਿਸ ਤਰ੍ਹਾਂ ਦਾ ਕੰਮ ਕਰਦਾ ਹਾਂ ਔਰ ਕਿਸ ਤਰ੍ਹਾਂ ਵਿਚਰਦਾ ਹਾਂ, ਕਿਸ ਤਰ੍ਹਾਂ ਲੋਕਾਂ ਨਾਲ ਸਾਂਝ ਰੱਖਦਾ ਹਾਂ, ਅਤੇ ਕਿਸੇ ਨੂੰ ਓਹਲਾ ਨਹੀਂ। ਇਸ ਕਰਕੇ ਮੈਂ ਤਾਂ ਵੋਟ ਹੀ ਇਸ ਆਧਾਰ 'ਤੇ ਮੰਗਦਾ ਕਿ ਭਾਈ ਜੇ ਮੇਰੀ ਕਰਤੂਤ ਚੰਗੀ, ਜੇ ਮੇਰੀ ਕਾਰਗੁਜ਼ਾਰੀ ਚੰਗੀ ਹੈ, ਜੇ ਮੈਂ ਕਦੀ ਕਿਸੇ ਆਪਣੇ ਸਟੈਂਡ ਤੋਂ ਸੱਜੇ ਖੱਬੇ ਕਿਹਾ ਹੈ, ਜਾਂ ਮੈਂ ਜਿਹੜਾ ਜਿਸ ਸਟੈਂਡ 'ਤੇ ਮੈਂ ਸ਼ੁਰੂਆਤ ਕੀਤੀ, ਜੇ ਅੱਜ ਵੀ ਉਹਦੇ 'ਚ ਕੋਈ ਕਸਰ ਹੈ, ਚਾਹੇ ਪੰਥ ਦੀ ਗੱਲ ਹੋਵੇ, ਚਾਹੇ ਪੰਜਾਬ ਦੀ ਗੱਲ ਹੋਵੇ, ਚਾਹੇ ਕਿਸੇ ਵੀ ਵਰਗ ਦੀ ਗੱਲ ਹੋਵੇ, ਹਾਂ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਉਹ ਮਜ਼ਬੂਤ ਰਹਿਣੀ ਚਾਹੀਦੀ, ਪੰਜਾਬ ਦੇ ਅੰਦਰ ਸ਼ਾਂਤੀ ਜ਼ਰੂਰ ਰਹਿਣੀ ਚਾਹੀਦੀ। ਅਸੀਂ ਬੜੇ ਪਿੱਛੇ ਪੈ ਗਏ ਹਾਂ, ਪਹਿਲਾਂ ਹੀ ਹੋਰ ਤਰ੍ਹਾਂ ਦਾ ਵਾਤਾਵਰਨ ਬਣ ਬਣ ਕੇ ਜੋ ਕੁਛ ਇੱਥੇ ਪੰਜਾਬ ਦਾ ਮਤਲਬ ਪਿੱਛੇ ਚਲਾ ਗਿਆ। ਅਸੀਂ ਚਾਹੁੰਦੇ ਕਿ ਇੱਥੇ ਸ਼ਾਂਤੀ ਰਹੇ, ਭਾਈਚਾਰਕ ਸਾਂਝ ਜਿਹੜੇ ਸਮੁੱਚੇ ਰੂਪ 'ਚ ਪੰਜਾਬੀ ਜਿਹੜੇ ਨੇ ਇਕਮੁੱਠ ਹੋ ਕੇ ਖੁਸ਼ੀ ਦੇ ਨਾਲ ਆਪਦੀਆਂ ਜ਼ਿੰਦਗੀਆਂ ਬਤੀਤ ਕਰਨ, ਤਾਂ ਕਿ ਜਿਹੜਾ ਸਾਡਾ ਪੰਜਾਬ ਹੈ ਉਹ ਤਰੱਕੀ ਕਰ ਸਕੇ। ਅਤੇ ਤਰੱਕੀ ਤਾਂ ਹੀ ਕਰੂ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਊ ਅਤੇ ਇੱਥੇ ਸ਼ਾਂਤੀ ਹੋ। ਦੇਖੋ, ਮੈਂ ਇੱਥੇ ਸਪੀਚ ਦਿੰਦਿਆਂ ਵੀ ਗੱਲ ਕੀਤੀ ਸੀ ਕਿ ਇੱਕ ਮੁੱਦਿਆਂ ਦੀ ਗੱਲ ਕਰੀਏ, ਪੰਜਾਬ ਦੇ ਅਤੇ ਪੰਥ ਦੇ ਬਹੁਤ ਮੁੱਦੇ, ਬੜੇ ਮਸਲੇ ਆ, ਜੋ ਗਿਣ ਲੱਗਾ ਤਾਂ ਬਹੁਤ ਲੰਬੀ ਲਿਸਟ ਹੈ। ਪਰ ਜੇ ਪੰਥ ਦਾ ਅਤੇ ਪੰਜਾਬ ਦਾ ਸਭ ਤੋਂ ਅਹਿਮ ਮੁੱਦਾ ਅਤੇ ਸਾਂਝਾ ਮੁੱਦਾ ਆ, ਜਿਹੜਾ ਕਿ ਬਹੁਤ ਵੱਡਾ ਗੰਭੀਰ ਮਸਲਾ ਆ, ਉਹ ਹੈਗਾ ਬੰਦੀ ਸਿੰਘਾਂ ਦੀ ਰਿਹਾਈ। ਕਿਸੇ ਨੂੰ ਉਹਨਾਂ ਦਾ ਵਾਰਸ ਬਣਨਾ ਪਊ, ਉਹਨਾਂ ਲਈ ਲੜਾਈ ਲੜਨੀ ਪਊ, ਜਿਹੜੀ ਉਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ, ਜਿਹੜਾ ਉਹਨਾਂ ਨਾਲ ਧੱਕਾ ਹੋ ਰਿਹਾ ਹੈ, ਉਹਦੇ ਤੋਂ ਉਹਨਾਂ ਨੂੰ ਸੁਰਖਰੂ ਕਰਾਉਣਾ ਪਊ, ਉਹਦੇ ਵਾਸਤੇ ਲੜਾਈ ਲੜਨੀ ਪਊ। ਔਰ ਸਭ ਤੋਂ ਪਹਿਲਾ ਮੁੱਦਾ ਇਹੀ ਹੈ ਕਿ ਜਿਹੜੇ 30-30, 34-34 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ, ਜਿਹੜੇ 29-29 ਸਾਲ ਤੋਂ ਫਾਂਸੀ ਦੇ ਤਖ਼ਤੇ 'ਤੇ ਖੜੋਤੇ ਨੇ, ਉਹਨਾਂ ਦਾ ਘਰ ਆਉਣਾ ਬਹੁਤ ਜ਼ਰੂਰੀ। ਅਤੇ ਔਰ ਇਸ ਤੋਂ ਇਲਾਵਾ ਜਿੱਥੇ ਪੰਜਾਬ ਦੇ ਹੋਰ ਮਸਲੇ ਨੇ, ਚਾਹੇ ਕਿਸਾਨੀ ਦੇ ਹੈ, ਮਜ਼ਦੂਰਾਂ ਦੇ, ਵਪਾਰੀਆਂ ਦੇ ਹੈ, ਉਹ ਤਾਂ ਹੈਗੇ ਹੀ ਹੈਗੇ ਆ, ਜਾਂ ਜਿਹੜੇ ਡਿਵੈਲਪਮੈਂਟ ਦੇ ਨਾਲ ਆ ਉਹ ਵੀ ਹੈਗੇ ਆ, ਨਰੇਗਾ ਜਿਹੜੀ ਹੈ, ਜਿਹੜਾ ਇੱਥੇ ਗਰੀਬਾਂ ਦੇ ਨਾਲ ਧੱਕਾ ਕੀਤਾ ਜਾਂਦਾ ਹੈ, ਜਾਂ ਜਿਹੜੇ ਕੱਚੇ ਤੋਂ ਪੱਕੇ ਮਕਾਨਾਂ ਦੀ ਸਕੀਮ ਹੈ ਗੌਰਮੈਂਟ ਆਫ ਇੰਡੀਆ ਦੀ, ਹਾਂਜੀ, ਚਾਹੇ ਰਾਸ਼ਨ ਦੀ ਗੱਲ ਹੈ, ਸਕੀਮ ਹੈ ਉਹ, ਕਿਉਂਕਿ ਉਹਦਾ ਮੁਲਾਂਕਣ ਕਰਨਾ, ਉਹਦੀ ਜਿਹੜੀ ਹੈ ਸਰਵੇਲੈਂਸ ਕਰਨੀ ਜਿਹੜੀ ਹੈ, ਆਪਣੇ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਦਾ ਅਧਿਕਾਰ ਹੁੰਦਾ ਆ, ਉੱਥੇ ਕਿਸੇ ਨੂੰ ਕੁਤਾਹੀ ਨਹੀਂ ਕਰਨ ਦੇਵਾਂਗੇ, ਔਰ ਜਿਹੜੇ ਹੱਕਦਾਰ ਲੋਕ ਨੇ ਉਹਨਾਂ ਤੱਕ ਉਹਨਾਂ ਦਾ ਹੱਕ ਪਹੁੰਚੇ, ਔਰ ਵੱਧ ਤੋਂ ਵੱਧ ਉਹਨਾਂ ਵਾਸਤੇ ਜਿਹੜੀ ਸਕੀਮ ਹੈ
ਉਹ ਇੱਥੋਂ ਤੱਕ ਪਹੁੰਚੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਦੀ ਖੁਸ਼ਹਾਲੀ ਵਾਸਤੇ ਕੋਈ ਨਾ ਕੋਈ ਅਜਿਹਾ ਰਸਤਾ ਖੁੱਲ੍ਹਣਾ ਚਾਹੀਦਾ ਕਿ ਜਿਹਦੇ ਨਾਲ ਸਾਰੇ ਭਾਈਚਾਰੇ ਸਾਰੇ ਵਰਗ ਜਿਹੜੇ ਖੁਸ਼ਹਾਲ ਹੋ ਸਕਣ। ਉਹ ਹੈਗਾ ਆ ਜਿਹੜਾ ਵਾਹਗਾ ਬਾਰਡਰ, ਜਿੱਥੋਂ ਪਾਕਿਸਤਾਨ, ਮੱਧ ਏਸ਼ੀਆ, ਅਰਬ ਕੰਟਰੀਜ਼, ਅਫਗਾਨਿਸਤਾਨ ਅਤੇ ਹੋਰ ਦੇਸ਼ਾਂ ਦੇ ਵਿੱਚ ਸਾਡੇ ਜਿਹੜੀਆਂ ਵਸਤਾਂ ਨੇ, ਇੱਥੋਂ ਜਿਹੜੀਆਂ ਪੈਦਾ ਹੁੰਦੀਆਂ ਨੇ, ਉਹ ਉੱਥੇ ਪਹੁੰਚ ਸਕਣ, ਤਾਂ ਕਿ ਜਿਹੜਾ ਸਾਡੇ ਲੋਕਾਂ ਨੂੰ ਸਹੀ ਰੇਟ, ਵਧੀਆ ਰੇਟ ਮਿਲ ਸਕਣ। ਅਤੇ ਉਹ ਜਿਹੜਾ ਇੰਟੀਗ੍ਰੇਟਡ ਚੈੱਕ ਪੋਸਟ ਹੈ ਵਾਹਗਾ ਦੀ, ਅਟਾਰੀ ਬਾਰਡਰ ਦੀ, ਉਹਦੀ ਜਿਹੜੀ ਹੈ ਦੁਬਾਰਾ ਤੋਂ ਸ਼ੁਰੂਆਤ ਹੋਵੇ। ਬੜਾ ਵੱਡਾ ਧੋਖਾ ਹੈ ਪੰਜਾਬ ਦੇ ਨਾਲ ਕਿ ਸਾਰਾ ਕੁਛ ਹੀ ਚੱਕ ਕੇ ਜਿਹੜਾ ਵਪਾਰ ਦਾ ਰਸਤਾ ਸੀਗਾ ਉਹ ਗੁਜਰਾਤ ਲੈ ਗਏ ਹੈ, ਔਰ ਜੇ ਲਾਹੌਰ ਵੀ ਕੋਈ ਚੀਜ਼ ਆਉਣੀ ਹੁੰਦੀ ਹੈ ਤਾਂ ਗੁਜਰਾਤ ਤੋਂ ਕਰਾਚੀ ਜਾਂਦੀ ਹੈ ਅਤੇ ਕਰਾਚੀ ਤੋਂ ਭੌਂ ਕੇ ਲਾਹੌਰ ਆਉਂਦੀ। ਐਡਾ ਵੱਡਾ ਤੁਸੀਂ ਦੇਖੋ ਕਿ 5-7 ਕਿਲੋਮੀਟਰ ਤੇ ਅਟਾਰੀ ਬਾਰਡਰ ਤੋਂ ਲਾਹੌਰ ਹੋਵੇ, ਹਾਂਜੀ, ਤੇ ਕਿੰਨੇ ਸੈਂਕੜੇ ਹਜ਼ਾਰਾਂ ਕਿਲੋਮੀਟਰ ਚੱਲ ਕੇ ਜਿਹੜਾ ਵਾਇਆ ਸਮੁੰਦਰ ਜਿਹੜਾ ਹੈ ਉਹ ਚੀਜ਼ ਪਹੁੰਚੇ, ਤੇ ਆਪਣੇ ਆਪ ਜੀ ਇੱਕ ਤਰ੍ਹਾਂ ਦਾ ਜਿਹੜਾ ਆ ਉਹ ਧੱਕਾ ਤੇ ਬੇਇਨਸਾਫੀ ਜਿਹੜੀ ਆ ਉਹਦੇ ਚ ਨਜ਼ਰ ਆਉਂਦੀ। ਮੈਂ ਪੰਥਕ ਨੀ, ਮੈਂ ਤਾਂ ਸਿੱਧਾ ਕਹਿੰਦਾ ਜੇ ਪੰਥਕ ਦੀ ਗੱਲ ਹੀ ਹੈ ਤੇ ਮੇਰੇ ਨਾਲ ਆਮੋ ਸਾਹਮਣੇ ਆ ਜਾਓ। ਬਟੂਆ ਸਾਹਿਬ ਇੱਕ ਨੌਜਵਾਨ ਹੈ ਜਿਹੜਾ ਅੰਮ੍ਰਿਤਪਾਲ ਦਾ ਸਾਥੀ, ਉਹਨੇ ਕਬੂਲ ਵੀ ਕੀਤਾ ਜਿਹੜਾ ਚੈਲੇਂਜ ਉਸਨੂੰ ਕੀਤਾ ਜਾਏ, ਹਾਂਜੀ, ਜਾਰੀ ਕਰਕੇ ਉਹਨੇ ਕਬੂਲਨਾਮਾ ਕੀਤਾ ਕਿ ਮੈਂ ਜਿਹੜਾ ਚੈਲੇਂਜ ਆ ਜਗ੍ਹਾ ਵੀ ਤੁਹਾਡੀ ਹੋਊਗੀ, ਮੀਡੀਆ ਵੀ ਤੁਹਾਡਾ ਹੋਊਗਾ। ਨਹੀਂ, ਨਾ ਮੇਰੀ ਮੀਡੀਆ ਹੋਊਗੀ ਤੇ ਨਾ ਮੇਰੀ ਜਗ੍ਹਾ ਹੋਊਗੀ। ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਕੋਲੋਂ ਪ੍ਰਵਾਨਗੀ ਲੈ ਕੇ ਆ ਜੇ, ਸਰਟੀਫਿਕੇਟ ਲੈ ਕੇ ਆ ਜੇ, ਮੇਰੀ ਵੱਲੋਂ RSS ਵਾਲਾ ਆ ਜਾਏ ਤੇ ਮੇਰੀ ਵੱਲੋਂ ਕਾਂਗਰਸੀ ਆ ਜੇ, ਜਿਹੜਾ ਮਰਜ਼ੀ ਆ ਜੇ, ਜਿਹਦੇ ਤੇ ਉਹ ਮੋਹਰ ਲਾ ਦੇਣਗੇ ਉਹਦੇ ਨਾਲ ਮੈਂ ਬੈਠ ਜਾਊਂਗਾ। ਨਹੀਂ, ਸਾਰੇ ਮੈਟਰ ਦੀ ਮੈਂ ਗੱਲ ਨਹੀਂ ਕਰਦਾ, ਪਰ ਮੈਟਰ ਤੇ ਬੜਾ ਸਪਸ਼ਟ ਹੈ। ਦੱਸਣ ਕਿ RSS ਦੇ ਆਗੂ ਨੇ ਸਭ ਤੋਂ ਪਹਿਲਾਂ ਐਲਾਨ ਜੇ ਕਿਸੇ ਨੇ ਕੀਤਾ ਤੇ RSS ਦੇ ਆਗੂ ਨੇ ਕੀਤਾ ਹੈ, ਤੇ ਪਰਿਵਾਰ ਕਹੀ ਜਾਂਦਾ ਅਸੀਂ ਇਲੈਕਸ਼ਨ ਲੜਨੀ ਨਹੀਂ, ਅਖੀਰ ਤੱਕ ਕਹੀ ਜਾਂਦੇ ਆ। ਪਰਿਵਾਰ ਤੇ ਮੀਟਿੰਗਾਂ ਵੀ ਕਰ ਰਿਹਾ ਹਲਕਿਆਂ ਚ ਆ ਕੇ ਲਗਾਤਾਰ। ਯਾਰ ਕਿਹੜੇ ਵੇਲੇ ਦੀਆਂ ਗੱਲਾਂ ਕਰਦੇ, ਮੈਂ ਤਾਂ ਉਸ ਤੋਂ ਪਹਿਲਾਂ ਦੀ ਗੱਲ ਕਰਦਾ, ਟਿਕਟ ਐਲਾਨ ਹੋਣ ਤੋਂ ਪਹਿਲਾਂ ਉਮੀਦਵਾਰ ਲੜਨ ਤੋਂ ਪਹਿਲਾਂ ਥੋੜਾ ਜਿਹਾ ਤੁਸੀਂ ਵੀ ਅਪਡੇਟ ਰਿਹਾ ਕਰੋ ਨਾ। ਹਾਂ, ਠੀਕ ਹੈ ਨਾ। ਉਸ ਸਮੇਂ ਜਿਹੜਾ ਆ ਪਰਿਵਾਰ ਜਿਹੜੀਆਂ ਗੱਲਾਂ ਕਰਦਾ ਰਿਹਾ ਆ, ਹਾਂਜੀ, ਤੇ ਯਕਦਮ ਹੀ ਪਰਿਵਾਰ ਜਿਹੜਾ ਯੂ ਟਰਨ ਲੈ ਕੇ ਚੋਣਾਂ ਵਾਲੇ ਪਾਸੇ ਆ ਜਾਂਦਾ ਆ, ਉਹਦੀ ਉਮੀਦਵਾਰ ਤਾਂ ਐਲਾਨ ਦਿੰਦੇ ਆ, ਉਹਦੇ ਪਿੱਛੇ ਦੱਸਦੇ ਨੇ ਵੀ ਕਿਹੜੀ ਮਜਬੂਰੀ ਬਣ ਗਈ, ਕਿਹੜਾ ਪੰਥ ਉੱਤੋਂ ਉਤਰਿਆ ਰਾਤੋਂ ਰਾਤ ਤੇ ਰਾਤੋਂ ਰਾਤ ਹੀ ਤਾਂ ਚਲਾ ਗਿਆ, ਕਿਸੇ ਨੂੰ ਸੱਦਾ ਦਿੱਤਾ ਸੀ ਕਿ ਉਹ ਵਿਚਾਰ ਕਰਨੀ ਕਿ ਭਾਈ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜਨੀ ਕਿ ਲੜਨ ਲੜਨ ਕਿ ਨਾ ਲੜਨ, ਕੋਈ ਆਇਆ ਹੋਵੇ ਕਿਸੇ ਜਥੇਬੰਦੀ ਦੀ ਪ੍ਰਵਾਨਗੀ ਦਿਖਾ ਦੇਣ, ਕਿਸੇ ਨੂੰ ਸੱਦਿਆ ਹੋਵੇ ਉੱਥੇ ਚਾਰ ਜੀ ਘਰ ਦੇ ਤੇ ਚਾਰ ਜੀ ਹੋਰ ਰਲ ਕੇ ਉੱਥੇ ਪੰਥਕ ਉਮੀਦਵਾਰ ਜੀ, ਸਾਂਝਾ ਉਮੀਦਵਾਰ ਜੀ, ਸੰਗਤ ਨੇ ਕਹਿਤਾ ਜੀ, ਐਲਾਨ ਕਰਤਾ। ਯਾਰ ਕਿਉਂ ਵਾਰ ਵਾਰ ਸ਼ਰਾਵੇ ਕਰਦੇ, ਕਿਉਂ ਧੋਖਾ ਦਿੰਦੇ ਹੈ, ਹਾਂਜੀ, ਕਿਉਂ ਸਿੱਖੀ ਦੇ ਨਾਲ ਖੇਡਾਂ ਖੇਡੀਆਂ ਜਾਂਦੀਆਂ ਹੈ, ਹਾਂਜੀ। ਇਸ ਕਰਕੇ ਸਿੱਖ ਖੇਡਾਂ ਤੋਂ ਬਚਣ ਵਾਸਤੇ ਫਿਰ ਮੈਂ ਚੈਲੰਜ ਕਰਦਾ, ਜਿਹਦੀ ਆਹ ਭਾਊ ਗੱਲ ਕਰਦਾ ਉਹ ਆ ਜੇ, ਜਿਹੜਾ ਮਰਜ਼ੀ ਆ ਜੇ, ਦੁਨੀਆਂ ਦੇ ਕਿਸੇ ਵੀ ਕੋਨੇ ਚੋਂ ਕਿਸੇ ਨੂੰ ਵੀ ਲੈ ਆਉਣ, ਇਕੱਲਾ ਵਿਰਸਾ ਸਿੰਘ ਬਲਟੋਹਾ ਤੇ ਇਕੱਲਾ ਉਹ ਆ ਜੇ, ਇੱਕ TV ਚੈਨਲ ਹੋਊ, ਇੱਕ ਕਮਰਾ ਹੋਊ, ਹਾਂਜੀ, ਉੱਥੇ ਆਣ ਕੇ ਬਹਿਸ ਕਰ ਲੈਣਾ, ਨਿਤਾਰਾ ਕਰ ਲੈਣਾ। ਜੇ ਮੇਰਾ ਪੱਖ ਕਮਜ਼ੋਰ ਹੋਊਗਾ ਤਾਂ ਮੈਂ ਮੈਦਾਨ ਛੱਡ ਕੇ ਚੱਲ ਜਾਊਗਾ, ਜੇ ਮੇਰੇ 'ਚ ਕੋਈ ਕਸਰ ਹੋਊ ਮੈਦਾਨ ਛੱਡ ਦੂੰ, ਹਾਂਜੀ, ਅਤੇ ਜੇ ਮੈਂ ਝੂਠਾ ਹੋਵਾਂ ਮੈਂ ਮੈਦਾਨ ਛੱਡ ਜਾਊਂ, ਨਾਲੇ ਪਤਾ ਲੱਗ ਜੂਗਾ ਸੱਚਾ ਕਿਹੜਾ ਹੈ ਝੂਠਾ ਕਿਹੜਾ ਹੈ, ਇਹ ਵੀ ਪਤਾ ਲੱਗ ਜੂਗਾ, ਹਾਂਜੀ। ਅਤੇ ਜੇ ਇਹ ਸਾਰਾ ਕੁਛ ਹੈ, ਸਾਰਾ ਕੁਛ ਹੈ, ਮਤਲਬ ਜਿਹੜੀ ਜਿਹਦੇ ਨਾਲ ਸਪਸ਼ਟ ਹੁੰਦਾ ਆ, ਤਾਂ ਫਿਰ ਕਿਉਂ ਨਹੀਂ ਆਉਂਦੇ ਸਾਹਮਣੇ।
ਕਿਉਂ ਲੋਕਾਂ ਨੂੰ ਕਹਿੰਦੇ ਹੈ ਕਿ ਜਿਹੜਾ ਮਤਲਬ ਜੇਲ੍ਹ ਦੇ ਵਿੱਚੋਂ ਕਢਾਉਣਾ ਹੈ ਤਾਂ ਜਿਤਾਉਣਾ ਜ਼ਰੂਰੀ। ਕਿਹੜਾ ਕਾਨੂੰਨ ਹੈ? ਕੋਈ ਹੈਗਾ ਕਾਨੂੰਨ? ਕੋਈ ਹੈਗਾ ਕਾਨੂੰਨ? ਕੋਈ ਸਿਸਟਮ, ਕੋਈ ਨਿਯਮ, ਕੋਈ ਪ੍ਰੋਵੀਜ਼ਨ, ਕੋਈ ਅਦਾਲਤੀ ਹੁਕਮ ਕਿ ਜਿਹੜਾ ਬੰਦਾ ਕਿਸੇ ਇਲੈਕਸ਼ਨ ਦੇ ਵਿੱਚ ਚੁਣਿਆ ਜਾਂਦਾ ਆ ਅਤੇ ਇਲੈਕਸ਼ਨ ਦੇ ਵਿੱਚ ਚੁਣੇ ਜਾਣ ਤੋਂ ਬਾਅਦ ਉਹਨੂੰ ਰਿਹਾਈ ਮਿਲ ਜਾਂਦੀ ਹੈ, ਤਾਂ ਉਹਨੇ ਤਾਂ ਵੈਸੇ ਹੀ ਦੋਣ ਅਤੇ ਚੋਣ ਅਤੇ ਚੋਣ ਅਤੇ 6 ਮਹੀਨੇ ਤੱਕ ਵੈਸੇ ਹੀ ਬਾਹਰ ਆ ਜਾਣਾ। ਕੋਈ ਫਾਂਸੀ ਦੀ ਸਜ਼ਾ ਥੋੜ੍ਹੀ ਹੋਈ ਆ ਜਾਂ ਉਮਰ ਕੈਦ ਥੋੜ੍ਹੀ ਹੋਈ ਆ? ਮੈਂ ਸੱਚੇ ਪਾਤਸ਼ਾਹ, ਮੈਂ ਮੇਰੀ ਗੱਲ ਨੂੰ ਮੈਨੂੰ ਕੋਈ ਪੁੱਠਾ ਨਾ ਲਵੇ, ਮੇਰਾ ਕਹਿਣ ਦਾ ਮਤਲਬ ਹੈ। ਹਾਂਜੀ, ਇਸ ਕਰਕੇ ਜਿਹਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹਦੇ ਵਾਸਤੇ ਉਹਦੀ ਭੈਣ ਖੜੀ ਕੀਤੀ ਸੀ, ਉਦੋਂ ਇਹ ਸਾਰੇ ਹੀ ਹੋਰ ਪਾਸੇ ਚੱਲੇ ਸੀਗੇ ਜਿਹੜੇ ਆਪਣੇ ਆਪ ਨੂੰ ਪੰਥਕ ਕਹਿੰਦੇ ਆ। ਅਤੇ ਉਹਦੀ ਭੈਣ ਦਾ ਜੋ ਨਿਰਾਦਰ ਕੀਤਾ, ਉਹਦੀ ਭੈਣ ਦਾ ਨਿਰਾਦਰ ਨਹੀਂ, ਜਿਹੜਾ 29 ਸਾਲਾਂ ਤੋਂ ਫਾਂਸੀ ਦੇ ਤਖ਼ਤ 'ਤੇ ਖੜੋਤਾ ਉਹਦਾ ਨਿਰਾਦਰ ਸੀਗਾ। ਇਸ ਕਰਕੇ ਜਿਹੜੀ ਇਹ ਗੱਲ ਪ੍ਰਚਾਰ ਕੀਤਾ ਜਾਂਦਾ ਆ ਕਿ ਜਿਹੜਾ ਪਾਰਲੀਮੈਂਟ ਦੀ ਚੋਣ ਜੇ ਜਾਂਦਾ ਆ ਅਤੇ ਉਹ ਰਿਹਾਅ ਹੋ ਜਾਂਦਾ, ਕਿਤੇ ਕਾਨੂੰਨ ਦਿਖਾ ਦਿਓ, ਕੋਈ ਨਿਯਮ ਦਿਖਾ ਦਿਓ, ਤਾਂ ਠੀਕ ਹੈ ਜੀ, ਅਸੀਂ ਵੈਸੇ ਹੀ ਕਹਿ ਦਾਂਗੇ ਇਹਨੂੰ ਬਣਾ ਕੇ ਭੇਜ ਦਿਓ।